ਤੇ ਹੁਣ ਦੇਖੋ ਛੋਟੀ ਛੋਟੀ ਕਾਰਾਂ ਜੋ ਇੱਕ ਸਵਾਰੀਆਂ ਵਾਲੀ ਗੱਡੀ ਹੈ ਪੰਜ ਸੀਟਰ ਉਹਦੇ ਅੰਦਰ ਪੰਜ ਤੋਂ ਸੱਤ ਗਊਆਂ ਵੱਢ ਕੇ ਲੈ ਕੇ ਜਾ ਰਹੇ ਨੇ ਭਗਵੰਤ ਮਾਨ ਜੀ ਕਿੱਥੇ ਹੋ ਤੁਸੀਂ ਆਪਣਾ ਜ਼ਮੀਰ ਜਗਾਓ ਗੁਰੂਆਂ ਦੀ ਬਾਣੀ ਨੂੰ ਯਾਦ ਕਰੋ ਅਤੇ ਗਊ ਗਰੀਬ ਦੀ ਰੱਖਿਆ ਲਈ ਅੱਗੇ ਆਓ ਆਹ ਦੇਖੋ ਸ਼ਰੇਆਮ ਗਊਆਂ ਵੱਢ ਹੋ ਰਹੀਆਂ ਨੇ ਸ਼ਰੇਆਮ ਕਤਲ ਹੋ ਰਿਹਾ ਗਊਆਂ ਦਾ ਤੁਹਾਡੀ ਆਪਣੀ ਸਿਟੀ ਦੇ ਅੰਦਰ ਕਦੀ 35 ਗਊਆਂ ਕਦੀ ਕੁਛ ਕਿੰਨੇ ਪਰਚੇ ਗੋਰਖਸ਼ਾ ਤੋਂ ਦੁਆਰਾ ਦਿੱਤੇ ਜਾਏ ਗਏ ਨੇ ਪਰ ਹਾਲੇ ਤੱਕ ਕੋਈ ਸਮਾਧਾਨ ਨਹੀਂ ਹੋਇਆ ਮਾਨਯੋਗ ਮੁੱਖ ਮੰਤਰੀ ਜੀ ਇਹ ਲਾਸਟ ਵਾਰ ਤੁਹਾਨੂੰ ਵਿਨਮਰ ਨਾਲ ਸਾਡਾ ਇੱਕ ਨਿਵੇਦਨ ਹੈ ਕਿ ਗਊ ਹੱਤਿਆ ਦੇ ਉੱਪਰ ਜੋ ਇਹ ਕਲੰਕ ਤੁਸੀਂ ਲੈ ਕੇ ਘੁੰਮ ਰਹੇ ਹੋ ਇਹਦੇ ਕਾਰਵਾਈ ਕਰਾਓ ਤਾਂ ਕਿ ਪੰਜਾਬ ਦੇ ਅੰਦਰ ਗਊ ਹੱਤਿਆ ਜੋ ਹੈ ਇਹ ਬੰਦ ਹੋ ਸਕੇ ਹਾਂਜੀ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਸਰਕਾਰ ਦੀ ਕੋਈ ਨਕੇਲ ਨਹੀਂ ਕਿੱਥੋਂ ਗੱਡੀ ਚੱਲੀ ਹੈ ਲੁਧਿਆਣਿਓਂ ਚੱਲੀ ਹੈ ਕਿੰਨੇ ਜ਼ਿਲ੍ਹੇ ਕ੍ਰੋਸ ਕਰਕੇ ਆਈ ਕਿੰਨੇ ਨਾਕੇ ਕ੍ਰੋਸ ਕਰਕੇ ਆਈ ਹਥਿਆਰਾਂ ਨਾਲ ਭਰੀ ਵੀ ਗੱਡੀ ਗਊ ਮਾਸ ਨਾਲ ਭਰੀ ਵੀ ਗੱਡੀ ਲੇਕਿਨ ਇਸ ਦੇ ਉੱਤੇ ਕਿਸੇ ਦੀ ਵੀ ਨਜ਼ਰ ਨਹੀਂ ਇਹ ਤਾਂ ਕੁਦਰਤੀ ਦਾ ਐਕਸੀਡੈਂਟ ਹੋ ਗਿਆ ਤਾਂ ਨਜ਼ਰ 'ਚ ਆ ਗਈ ਇੱਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਗੱਡੀਆਂ ਦੇ ਵਿੱਚ ਗਊ ਮਾਸ ਜਾ ਰਿਹਾ ਹੈ ਅਸੀਂ ਪਿਛਲੇ ਦਿਨੀ ਕਈ ਟਰੱਕ ਗਊ ਮਾਸ ਦੇ ਕਈ ਫੈਕਟਰੀਆਂ ਫੜ ਚੁੱਕੇ ਨੇ ਲੇਕਿਨ ਸਰਕਾਰ ਬਿਲਕੁਲ ਮੌਨ ਬੈਠੀ ਹੈ ਮੈਂ ਸਰਕਾਰ ਨੂੰ ਵਾਰ ਵਾਰ ਇਹੀ ਚੇਤਾਵਨੀ ਦੇਣਾ ਚਾਹੁੰਦਾ ਕਿ ਜਲਦ ਤੋਂ ਜਲਦ ਇਹਦੇ ਪਰ ਨਕੇਲ ਪਾਈ ਜਾਵੇ ਨਹੀਂ ਤਾਂ ਸਾਨੂੰ ਸਰਕਾਰ ਨੂੰ ਘੇਰਨੇ ਵਾਸਤੇ ਇੱਕ ਬੜਾ ਪ੍ਰਦਰਸ਼ਨ ਚੰਡੀਗੜ੍ਹ ਜਾਂ CM ਦੀ ਕੋਠੀ 'ਤੇ ਕਰਨਾ ਪਵੇਗਾ ਔਰ ਇਹ ਬਹੁਤ ਜਲਦ ਨਿਰਣੇ ਅਸੀਂ ਮੀਟਿੰਗ 'ਚ ਲੈਣ ਲੱਗੇ ਹੈ ਨਹੀਂ ਤਾਂ ਸਰਕਾਰ ਜਲਦੀ ਤੋਂ ਜਲਦੀ ਇਸ ਪਰ ਨਕੇਲ ਪਾਵੇ ਜੈ ਗਊ ਮਾਤ ਜੈ ਗੋਪਾਲ ਬੜਾ ਦੁੱਖ ਦੀ ਗੱਲ ਹੈ ਲਗਾਤਾਰ ਪੰਜਾਬ ਦੇ ਅੰਦਰ ਗਊ ਮਾਸ ਗਊ ਤਸਕਰੀ ਦਾ ਜਿਹੜਾ ਧੰਦਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਅੱਜ ਬਰੇਜਾ ਕਾਰ ਰਾਜਪੁਰਾ ਬਾਈਪਾਸ 'ਤੇ ਨਜ਼ਦੀਕ ਅਚਾਨਕ ਇਹਦਾ ਐਕਸੀਡੈਂਟ ਹੋਇਆ 150 ਦੀ ਸਪੀਡ 'ਤੇ ਆ ਰਹੀ ਹੈ ਜੇ ਕਿਤੇ ਦੂਸਰੀ ਕਾਰ 'ਚ ਮਾਰਦੀ ਤਾਂ ਉਹਦੇ ਸਾਰੇ ਬੰਦੇ ਖਤਮ ਹੋ ਜਾਣੇ ਸੀ ਪਰ ਗਨਮਤ ਇਹ ਰਹੀ ਵੀ ਇਹ ਬਲੈਰੋ ਕੈਂਪਰ ਦੇ ਅੰਦਰ ਮਾਰੀ ਹੈ ਡਾਲੇ ਦੇ ਅੰਦਰ ਮਾਰੀ ਹੈ ਪਿੱਛੋਂ ਇਸ ਦੇ ਅੰਦਰ 4 ਤੋਂ 5 ਗਊਆਂ ਆ ਤੁਸੀਂ ਦੇਖੋ ਸਭਾ ਦੇ ਦਿਨ ਚੱਲ ਰਹੇ ਹੈ ਜਿੱਥੇ ਇੱਕ ਪਾਸੇ ਲੋਕ ਦਿਨ ਰਾਤ ਪੰਜਾਬ ਦੇ ਅੰਦਰ ਲੰਗਰ ਲਗਾ ਰਹੇ ਹੈ ਸੇਵਾ ਕਰ ਰਹੇ ਹੈ ਅਤੇ ਦੂਸਰੇ ਪਾਸੇ ਜਿਹੜੇ ਕਿਸਾਈ ਹੈ ਬਾਹਰਲੀ ਸਟੇਟਾਂ 'ਚੋਂ ਆ ਕੇ ਪੰਜਾਬ ਦੇ ਅੰਦਰ ਜ਼ੁਲਮ ਦਾ ਧੰਦਾ ਕਰ ਰਹੇ ਹੈ ਗਊਆਂ ਨੂੰ ਫੜ ਕੇ ਰਸਤੇ 'ਚ ਵੱਢਦੇ ਹੈ ਪਤਾ ਨਹੀਂ ਕਿੱਥੇ ਵੱਢਦੇ ਗੰਡਾਸੇ ਕੁਰਬਾਨਾਂ ਨਾਲ ਹੈ ਤਾਂ ਸਰਕਾਰ ਨੂੰ ਬਹੁਤ ਜਲਦ ਇਸ ਵੱਲ ਧਿਆਨ ਦੇਣਾ ਪਏਗਾ ਐਕਸ਼ਨ ਲੈਣਾ ਪਏਗਾ ਪੰਜਾਬ ਪੁਲਿਸ ਦੇ DGP ਸਾਹਿਬ ਨੂੰ ਵੀ ਮੇਰੀ ਬੇਨਤੀ ਹੈ ਇਹ ਜਿਹੜੀ ਗਊ ਤਸਕਰੀ ਹੈ ਇਹਨੂੰ ਰੋਕਣ ਵਾਸਤੇ ਜਲਦ ਤੋਂ ਜਲਦ ਸਖ਼ਤ ਕਦਮ ਉਠਾਉਣ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਜਿਹੜੀਆਂ ਭਾਵਨਾ ਭੜਕ ਸਕਦੀਆਂ ਪੰਜਾਬ 'ਚ ਦੰਗਾ ਫਸਾਦ ਹੋ ਸਕਦਾ ਹਜ਼ਾਰਾਂ ਦੀ ਤਾਦਾਦ 'ਚ ਲੱਖਾਂ ਦੀ ਤਾਦਾਦ 'ਚ UP 'ਚੋਂ ਕ੍ਰਿਮੀਨਲ ਮੁਸਲਮਾਨ ਪੰਜਾਬ ਦੇ ਅੰਦਰ ਵੱਸ ਚੁੱਕਿਆ ਜਗ੍ਹਾ ਜਗ੍ਹਾ ਇਹਨਾਂ ਨੇ ਵੱਡੇ ਵੱਡੇ ਪਤੀਲੇ ਰੱਖ ਕੇ ਮਾਸ ਦਾ ਹੋਟਲ ਖੋਲ੍ਹੇ ਹੋਏ ਆ ਢਾਬੇ ਖੋਲ੍ਹੇ ਹੋਏ ਆ ਇਹ ਸਾਰਾ ਜਿਹੜਾ ਗਊ ਮਾਸ ਹੈ ਇਹ ਆਪਦੇ ਹੋਟਲਾਂ 'ਤੇ ਇਹ ਵੇਚ ਰਹੇ ਆ ਢਾਬਾ ਹਾਂ ਇਹ ਜਿਹੜੇ ਢਾਬੇ ਹੈ ਕਿਉਂਕਿ ਮੈਂ ਫੈਕਟਰੀ ਫੜੀ ਸੀ ਮਾਸ ਦੀ ਜਲੰਧਰ ਦੇ ਅੰਦਰ ਉੱਥੇ ਰਜਿਸਟਰ 'ਚ ਕਈ ਸ਼ਾਮਾ ਢਾਬੇ ਦੇ ਨਾਮ ਲਿਖੇ ਹੋਏ ਸੀ ਕਿਸੇ ਕੋਲ ਕੁਇੰਟਲ ਦੀ ਸਪਲਾਈ ਕਿਸੇ ਕੋਲ 50 ਕਿਲੋ ਦੀ ਸਪਲਾਈ ਕਿਸੇ ਕੋਲ 20 ਕਿਲੋ ਦੀ ਸਪਲਾਈ ਅਤੇ ਸਰਕਾਰ ਨੂੰ ਬੇਨਤੀ ਆ ਇਹੀ ਲੋਕ ਜਿਹੜੇ UP 'ਚੋਂ ਆ ਕੇ ਯੋਗੀ ਸਰਕਾਰ ਨੇ ਭਜਾਏ ਹੋਏ ਕ੍ਰਿਮੀਨਲ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੈ ਇੱਥੇ ਵੀ ਕ੍ਰਾਈਮ ਕਰ ਰਹੇ ਹੈ ਇਹ ਜਿਹੜਾ ਗਊ ਮਾਤਾ ਨੂੰ ਕੱਟਣਾ ਸਭ ਤੋਂ ਵੱਡਾ ਕ੍ਰਾਈਮ ਹੈ ਦਿਨ ਪਰ ਦਿਨ ਪੰਜਾਬ ਦੇ ਅੰਦਰ ਹੱਤਿਆਵਾਂ ਵੱਧਦੀਆਂ ਜਾ ਰਹੀਆਂ ਕ੍ਰਾਈਮ ਵੱਧਦਾ ਜਾ ਰਿਹਾ ਸਨੈਚਿੰਗ ਵੱਧਦੀ ਜਾ ਰਹੀ ਹੈ